ਪਰ ਇੱਕ NRI ਦਾ NRI ਪਿੰਡ ਦੀ ਹੈਲਪ ਬਹੁਤ ਕਰਦੇ ਆ। ਅੱਛਾ, ਗਵਰਨਮੈਂਟ ਨੂੰ ਜ਼ਿਆਦਾ NRI ਦੀ ਹੈਲਪ ਕਰੀ ਜਾਂਦੇ ਆ। ਜੇ ਅਸੀਂ ਗਵਰਨਮੈਂਟ ਦੇ ਸਿਰ ਤੇ ਆਵਾਂਗੇ ਫਿਰ ਕੁਛ ਨਹੀਂ ਬਣਨਾ ਇੱਥੇ, ਪਰ NRI ਦੇ ਸਿਰ ਤੇ ਬਹੁਤ ਕੰਮ ਕਰਦੇ ਇੱਥੇ ਪਿੰਡ ਦਾ। ਅਸੀਂ ਸਾਨੂੰ ਆਮ ਆਦਮੀ ਤੇ ਵਿਸ਼ਵਾਸ ਜ਼ਿਆਦਾ ਹੈ ਇਸ ਟਾਈਮ, ਮਤਲਬ ਆਪਣੇ ਜਿਹੜੇ ਕੈਪਟਨ ਹੋਣੀ ਆ ਤੇ ਆਪਣੇ ਚੰਨੀ ਹੋਣੀ ਆ, ਇਹ ਮਤਲਬ ਕੋਈ ਯਕੀਨ ਨਹੀਂ ਹੈਗਾ ਇਹਨਾਂ ਦੇ। ਸਾਰੇ ਆਮ ਆਦਮੀ ਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਹਾਂ। ਇਸ ਸਾਲ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਉਸ ਨੂੰ ਹੁਣ ਬਾਹਰ ਦੀ ਧਰਤੀ ਤੇ ਉਸ ਨੂੰ ਸਮਝ ਆ ਰਹੀ ਕਿ ਉੱਥੇ ਗ੍ਰੀਨ ਪਾਸਚਰਸ ਨੇ, ਉੱਥੇ ਤਰੱਕੀ ਜ਼ਿਆਦਾ ਹੈਗੀ ਹੈ ਤੇ ਪੰਜਾਬ ਵਿੱਚ ਘੱਟ ਹੈ। ਕਾਰਨ ਅਸੀਂ ਨਵੀਂ ਸਰਕਾਰ ਦੇਖਣਾ ਚਾਹੁੰਦੇ ਹਾਂ, ਕਰਕੇ ਅਸੀਂ ਅਕਾਲੀ ਤੇ ਕਾਂਗਰਸ ਸਭ ਕੁਝ ਦੇਖ ਲਿਆ, ਸਾਨੂੰ ਕੋਈ ਡਿਵੈਲਪਮੈਂਟ ਹੁੰਦੀ ਦਿਸੀ ਨਹੀਂ, ਤਾਂ ਇਸ ਵਾਰੀ ਅਸੀਂ ਆਮ ਆਦਮੀ ਨੂੰ ਦੇਖਾਂਗੇ। NRI ਨੇ ਪਿਛਲੇ ਸਾਲ ਤਾਂ ਬਹੁਤ ਹੈਲਪ ਕੀਤੀ ਹੈ ਇਹਨਾਂ ਦੀ, ਆਮ ਆਦਮੀ ਪਾਰਟੀ ਦੀ ਬਹੁਤ ਫੰਡ ਭੇਜਿਆ। ਉਹ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਇੱਕ ਵਾਰੀ। ਉਹਨਾਂ ਦੇ ਕਰਨਾ ਚਾਹੁੰਦੇ, ਬਾਕੀ ਤਾਂ ਹੁਣ ਕੋਈ ਰਹਿ ਨਹੀਂ ਗਿਆ, ਬਾਕੀ ਸਾਰੇ ਦੇਖ ਲਏ ਆ, ਹੁਣ ਇੱਕ ਉਹੀ ਸਰਕਾਰ ਰਹਿੰਦੀ ਆ, ਉੱਤੇ ਆਸ ਆ, ਉਸ ਤੋਂ ਬਾਅਦ ਤਾਂ ਫਿਰ ਕੈਨੇਡਾ ਹੀ ਆ, ਫਿਰ ਤਾਂ ਇੱਥੇ ਕੁਛ ਨਹੀਂ ਹੈਗਾ ਜੀ। ਸਤਿ ਸ੍ਰੀ ਅਕਾਲ, ਅੱਜ ਅਸੀਂ ਇਸ ਲੰਘ ਰਹੇ ਸੀ ਪੰਜਾਬ ਪਿੰਡ ਲਦਾਣਾ ਚਿੱਕਾ ਤੋਂ, ਤੇ ਇੱਥੇ ਫਿਰ ਸੱਜਣ ਦੇਖੇ ਕੁਝ ਬੈਠੇ ਹੋਏ ਸੀ ਪਿੰਡ ਦੇ, ਤੇ ਅਸੀਂ ਸੋਚਿਆ ਇਹਨਾਂ ਨਾਲ ਗੱਲਬਾਤ ਕਰੀਏ ਕਿ ਲਦਾਣਾ ਚਿੱਕਾ ਦੇ ਵਿੱਚ ਕੀ ਮੂਡ ਹੈਗਾ, ਚੋਣਾਂ ਵਾਸਤੇ ਕੀ ਮੂਡ ਹੈਗਾ, ਤੇ ਇੱਥੇ ਦੀ ਕਿੰਨੀ ਡਿਵੈਲਪਮੈਂਟ ਹੋਈ ਹੈ ਤੇ ਕੀ ਇੱਥੇ ਦੇ ਮੁੱਦੇ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਦੱਸੋ ਜੀ ਆਪਣਾ ਪਿੰਡ ਬਾਰੇ ਕੁਝ ਖਾਸ ਦੱਸੋ, ਤੁਹਾਡੇ ਪਿੰਡ ਦੀ ਕੀ ਖਾਸੀਅਤ ਹੈ ਜੀ? ਸਾਡੇ ਪਿੰਡ ਸਾਰੇ ਲੋਕੀ NRI ਜਿਆਦਾ ਆ, ਬਾਹਰ ਗਏ ਵਾ। ਅੱਛਾ, ਹਾਂਜੀ। ਅੱਛਾ, ਤੇ ਇੱਥੇ 16 ਬੰਦੇ ਰਹਿੰਦੇ ਸਾਰੇ ਕਰਕੇ, ਉਧਰ ਲਾਈਫ ਸਟਾਈਲ ਵਧੀਆ ਆ, ਤਾਂ ਇਸ ਕਰਕੇ ਸਾਹਿਬ ਬਾਹਰ ਦਾ ਕਰੇਜ ਜਿਆਦਾ ਹੋਇਆ ਆ। ਆਈਲੈਟਸ ਕਰਦੇ, ਪਲੱਸ ਟੂ ਤੋਂ ਬਾਅਦ ਨਿਆਣੇ ਸਾਹਿਬ ਜਾਈ ਜਾਂਦੇ ਆ ਬਾਹਰ। ਵਾਹ ਜੀ ਵਾਹ, ਇਹ ਪਿੰਡ ਹੈਗਾ ਜੀ ਜਿੱਥੇ ਇਹਨਾਂ ਨੇ ਦੱਸਿਆ ਕਿ ਇੱਥੇ NRI ਜ਼ਿਆਦਾ ਨੇ, ਯਾਨੀ ਕਿ ਇੱਥੋਂ ਪਲਾਇਨ ਬਹੁਤ ਹੋਇਆ। ਇਸ ਦਾ ਅਰਥ ਹੈ ਕਿ ਜਿਹੜਾ ਪਲਾਇਨ ਹੁੰਦਾ, ਲੋਕ ਦੂਸਰੇ ਮੁਲਕਾਂ ਵਿੱਚ ਕਿਉਂ ਜਾਂਦੇ ਨੇ? ਲੋਕ ਦੂਸਰੇ ਮੁਲਕਾਂ ਵਿੱਚ ਜਾਂਦੇ ਨੇ ਇਕਨੋਮਿਕ ਬੈਟਰਮੈਂਟ ਵਾਸਤੇ। ਤੇ ਇੱਧਰ ਹੁਣ ਵੀਰ ਜੀ ਤੁਸੀਂ ਦੱਸੋ ਕਿ ਇਸ ਪਿੰਡ ਦੇ ਵਿੱਚ ਕੀ ਐਸੇ ਸਮੱਸਿਆਵਾਂ ਨੇ ਕਿ ਲੋਕ ਪਲਾਇਨ ਕਰਦੇ ਨੇ? ਸਮੱਸਿਆ ਤਾਂ ਕੋਈ ਨਹੀਂ ਗੀ ਵੈਸੇ, ਪਰ ਇੱਕ NRI ਪਿੰਡ ਦੀ ਹੈਲਪ ਬਹੁਤ ਕਰਦੇ ਆ। ਅੱਛਾ, ਗਵਰਨਮੈਂਟ ਨਾਲ ਜ਼ਿਆਦਾ NRI ਹੈਲਪ ਕਰੀ ਜਾਂਦੇ ਆ। ਜੇ ਅਸੀਂ ਗਵਰਨਮੈਂਟ ਦੇ ਸਿਰ ਤੇ ਆਵਾਂਗੇ ਫਿਰ ਕੁਛ ਨਹੀਂ ਬਣਨਾ ਇੱਥੇ, ਪਰ NRI ਦੇ ਸਿਰ ਤੇ ਬਹੁਤ ਕੰਮ ਕਰਦੇ ਇੱਥੇ ਪਿੰਡ ਦਾ। ਅਸੀਂ ਬਹੁਤ ਵਿਕਾਸ ਹੋ ਰਿਹਾ। ਤੁਸੀਂ ਨੌਜਵਾਨ ਹੋ, ਕੀ ਮਾਹੌਲ ਦੇਖਦੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਤੁਸੀਂ, ਕਿਸ ਤਰ੍ਹਾਂ ਦਾ ਮਾਹੌਲ ਹੈਗਾ ਤੁਹਾਡੇ ਪਿੰਡ ਦੇ ਵਿੱਚ, ਤੇ ਕਿਸ ਤਰ੍ਹਾਂ ਦਾ ਮੂਡ ਹੈ? ਚੋਣਾਂ ਆ ਰਹੀਆਂ ਨੇ, ਤੁਹਾਡਾ ਵੋਟ ਬਣ ਗਿਆ? ਹਾਂਜੀ ਬਣ ਗਿਆ ਵੋਟ। ਹੁਣ ਤੁਸੀਂ ਪਹਿਲੀ ਵਾਰ ਵੋਟ ਪਾਓਗੇ? ਹਾਂਜੀ, ਪਹਿਲੀ ਵਾਰ। ਚਲੋ ਜੀ, ਇਹ ਨੌਜਵਾਨ ਨੇ ਜਿਹੜੇ ਆ ਪਹਿਲੀ ਵਾਰ ਵੋਟ ਪਾਣਗੇ, ਤੇ ਇਹਨਾਂ ਕੋਲ ਪੁੱਛਦੇ ਆ ਕਿ ਇਹਨਾਂ ਵਾਸਤੇ ਕੀ ਮੁੱਖ ਮੁੱਦੇ ਨੇ? ਹਾਂਜੀ, ਮੁੱਦਾ ਸਰ ਇਹੀ ਹੈ ਕਿ ਸਾਡੀ ਪੰਜਾਬ ਦੀ ਤਰੱਕੀ ਹੋਵੇ, ਤੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੀ ਵੀ ਸਰਕਾਰ ਆਵੇ ਤੇ ਸਾਡੀ ਜਿਹੜੀ ਬੇਰੁਜ਼ਗਾਰੀ ਉਹਨੂੰ ਚੱਕਿਆ ਜਾਵੇ, ਤੇ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ, ਕਿਉਂਕਿ ਇੱਥੇ ਹੀ ਸਾਡੇ, ਕਿਉਂਕਿ ਦੇਖੋ ਜੀ ਹਰੇਕ ਘਰ ਵਿੱਚੋਂ ਆਪਣੇ ਮਾਂ ਬਾਪ ਨੂੰ ਬਾਹਰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਹੈ ਜੀ, ਪਰ ਕਈ ਗੱਲਾਂ ਕਈ ਔਕੜਾਂ ਪੇਸ਼ ਹੁੰਦੀਆਂ ਕਿ ਸਾਨੂੰ ਮਜਬੂਰ ਕਾਰਨ ਬਾਹਰ ਜਾਣਾ ਪੈਂਦਾ ਹੈ ਜੀ। ਤੇ ਅਸੀਂ ਚਾਹਵਾਂਗੇ ਜੀ ਆਉਣ ਵਾਲੀ ਸਰਕਾਰ ਤੋਂ ਵੀ ਸਾਡੀ ਬੇਰੁਜ਼ਗਾਰੀ ਚੱਕੀ ਜਾਵੇ ਤੇ ਸਾਨੂੰ ਇੱਧਰ ਨੌਕਰੀਆਂ ਦਿੱਤੀਆਂ ਜਾਣ ਜੀ। ਤੁਸੀਂ ਆਈਲੈਟਸ ਦੀ ਤਿਆਰੀ ਕਰ ਲਈ? ਹਾਂਜੀ ਹਾਂਜੀ, ਕਰ ਲਈ ਹੈ। ਤੁਸੀਂ ਤਿਆਰੀ ਕਰ ਰਹੇ ਹੋ? ਤੁਸੀਂ ਵੀ ਕੈਨੇਡਾ ਟੋਰਾਂਟੋ ਜਾਣਾ ਜੀ। ਟੋਰਾਂਟੋ ਕੀ ਕਿਹੜੇ ਐਜੂਕੇਸ਼ਨ ਵਾਸਤੇ ਜਾ ਰਹੇ ਹੋ? ਹਾਂਜੀ ਹਾਂਜੀ, MCOM ਵਾਸਤੇ। BCOM ਹੋ ਗਈ ਹੈ? ਹੋ ਗਈ। ਤੇ ਉੱਥੇ ਜਾ ਕੇ ਫਿਰ ਅੱਗੇ ਦਾ ਕੀ ਪਲਾਨ ਹੋਏਗਾ? ਉੱਥੇ ਕੇ MCOM ਕਰਾਂਗੇ, ਬੈਂਕਿੰਗ ਜਾਵਾਂਗੇ, ਬੈਂਕਿੰਗ ਫੈਸਿਲਿਟੀ ਜੋਬ ਕਰਾਂਗੇ। ਹਾਂਜੀ, ਤੁਸੀਂ ਦੱਸੋ ਕਿ ਜਿਸ ਤਰ੍ਹਾਂ ਇਹ ਨੌਜਵਾਨ ਹੈਗਾ, ਐਸ ਦੀ ਵੀ ਇੱਕ ਐਸਪੀਰੇਸ਼ਨ ਹੈਗੀ ਹੈ, ਇਹ ਕਹਿੰਦਾ ਕਿ ਇਸਨੇ ਜਾ ਕੇ ਬਾਹਰ ਕੈਨੇਡਾ ਵੀ ਜਾਣਾ ਤੇ ਉੱਥੇ ਜਾ ਕੇ MCOM ਕਰਨੀ ਹੈਗੀ ਹੈ, ਇੱਕ ਐਸਪੀਰੇਸ਼ਨ ਹੈਗੀ ਹੈ, ਕਿਸੇ ਦਾ ਇੱਕ ਆਪਣਾ ਐਂਬੀਸ਼ਨ ਹੈ ਲਾਈਫ ਦਾ, ਤੇ ਕੀ ਕਾਰਨ ਹੈ ਕਿ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਉਸ ਨੂੰ ਹੁਣ ਬਾਹਰ ਦੀ ਧਰਤੀ ਤੇ ਉਸ ਨੂੰ ਸਮਝ ਆ ਰਹੀ ਕਿ ਉੱਥੇ ਗ੍ਰੀਨ ਪਾਸਚਰਸ ਨੇ, ਉੱਥੇ ਤਰੱਕੀ ਜ਼ਿਆਦਾ ਹੈਗੀ ਹੈ ਤੇ ਪੰਜਾਬ ਵਿੱਚ ਘੱਟ ਹੈ? ਇਹ ਜੀ ਇੱਥੇ ਸਹੂਲਤਾਂ ਨਹੀਂ ਮਿਲ ਰਹੀਆਂ ਜੋ ਬਾਹਰ ਪ੍ਰਸਿੱਧੀ ਮਿਲ ਰਹੀ ਸਾਨੂੰ ਬਾਹਰ, ਇੱਥੇ ਉਹ ਚੀਜ਼ ਹੈ ਨੀ ਗੀ। ਸਰਕਾਰਾਂ ਐਲਾਨ ਕਰਦੇ ਸੀ ਇਹਨੂੰ ਟੈਲੀਫੋਨ ਬਣਾ ਲਾਂਗੇ, ਇਹਨੂੰ ਇਹ ਬਣਾ ਲਾਂਗੇ, ਲੇਕਿਨ ਅੱਜ ਤਾਂ ਸਾਨੂੰ ਤਾਂ ਕੁਛ ਦੇਖਦਾ ਨਹੀਂ ਲੱਗ ਬਣਿਆ। ਬਾਹਰ ਤੁਸੀਂ ਦੇਖੋ ਕਿੰਨੀ ਡਿਵੈਲਪਮੈਂਟ ਹੈ, ਕੀ ਸਭ ਕੁਝ ਪ੍ਰਸਿੱਧੀਆਂ ਹੈਗੀਆਂ ਨੇ, ਸਭ ਕੁਝ ਮਿਲ ਰਿਹਾ ਆ, ਇਸ ਕਰਕੇ ਨੌਜਵਾਨ ਜੋ ਵੀ ਆ ਉਹ ਬਾਹਰ ਜਾਣਾ ਚਾਹੁੰਦਾ ਆ। ਯਾਨੀ ਕਿ ਲਫਾਜ਼ੀ ਜ਼ਿਆਦਾ ਹੁੰਦੀ ਹੈ, ਕੰਮ ਘੱਟ ਹੁੰਦੇ ਨੇ। ਵੀਰ ਜੀ, ਤੁਸੀਂ ਮੈਨੂੰ ਦੱਸੋ ਕਿ ਇੱਥੇ ਪਿੰਡਾਂ ਦਾ, ਤੁਸੀਂ ਮੈਨੂੰ ਦੱਸ ਰਹੇ ਸੀ ਜਿਵੇਂ ਮੈਂ ਥੋੜਾ ਨਿਕਲਿਆ ਤੇ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਇੱਥੋਂ ਘਰੋ ਘਰੀ ਲੋਕ ਜਿਹੜੇ ਨੇ ਉਹ ਪਲਾਇਨ ਕਰ ਚੁੱਕੇ ਨੇ, ਤੇ ਤੁਸੀਂ ਦੱਸੋ ਕਿ ਕਿੰਨੇ ਕੁ ਘਰ ਤੁਹਾਨੂੰ ਇੱਥੇ ਦਿਸਦੇ ਨੇ ਜਿਹੜੇ ਜਾ ਚੁੱਕੇ ਨੇ ਬਾਹਰਲੇ ਮੁਲਕਾਂ ਵੱਲ? ਇੱਥੇ ਸਾਡੇ ਮਹੱਲੇ 'ਚ ਤਾਂ ਜੀ 5-7 ਕੇ ਘਰ ਇੱਥੇ ਹੋਣੇ ਆ, ਸਾਰੇ ਬਾਹਰ ਹੀ ਗਏ ਹੋ, ਜਿੰਨੀਆਂ ਵੀ ਕੋਠੀਆਂ ਸਾਰੇ ਲੋਕ ਲੱਗੇ ਹੋ ਜੀ। ਜਿੱਧਰ ਕੈਮਰਾ ਮਾਰ ਕੇ ਦੇਖ ਲਓ, ਜਿਹੜੀਆਂ ਭੱਟੀਆਂ ਕੋਠੀਆਂ ਆ ਸਾਰਿਆਂ ਦੇ ਵਿੱਚ ਲੋਕ ਲੱਗੇ ਹੋ ਆ। ਹਾਂਜੀ, ਆ ਦੇਖ ਲਓ ਜਿੰਨੇ ਵੀ ਹੈਗੇ ਆ ਸਾਰੇ ਬਾਹਰ ਆ, ਜਿੰਨੀ ਵਿਆਹ ਕੋਠੀਆਂ ਜਿੰਨੀ ਆਲੇ ਦੁਆਲੇ ਆ ਸਾਰੇ ਬਾਹਰ ਗਏ ਆ। ਕਦੇ ਆਉਂਦੇ 2-4 ਸਾਲਾਂ ਬਾਅਦ ਆਉਂਦੇ ਆ, ਮਹੀਨਾ ਕੁ ਰਹਿ ਕੇ ਚਲੇ ਜਾਂਦੇ ਆ ਜੀ। ਹੁਣ ਤੁਹਾਡੇ ਨਾਲ ਮੈਂ ਗੱਲ ਕਰਦਾ, ਇੱਕ
एक मैं थोड़े ना जिहड़ी गल करनी है, मैनूं इह दस्सिओ कि तुहाडे पिंड दे मुख समस्यावां की ने। मुख समस्यावां आही नालियां गलियां दीआं हुंदीआं ने, बस इह चल रहीआं हौली हौली, स्टैप स्टैप कम चल रहा। बाकी हुण साडे चन्नी साहब काफी कर रहे आ, ऐलान कर रहे आ करांगे उह करांगे, जे होवे देखांगे फिर की बणदा। की मूड की है, चन्नी साहब, सिद्धू साहब, अकाली दल या तुसीं समझदे हो आम आदमी? अजे डिसाइड करना बहुत मुश्किल आ जी, खिचड़ी बनी है सरकार दी, देखांगे मौके दा की प्रोग्राम बनता जी। हां जी, तुसीं दसो, तुसीं ते पहली बार वोट पानी, तुहानूं की लगता है? असीं सर देखांगे मौके ते। हां जी, नहीं अजे मन बनाया? नहीं सर हजे तां कोई मन नहीं है, क्योंकि हर कोई ऐलान कर रहा है, जे ज्यादा होगी जे जे ज्यादा पुष्टि करूगा कि असीं ज्यादा काम करांगे, असीं उन्हें मौका देना चाहेंगे। विश्वास किस ते हुंदा तुहानूं? सानूं आम आदमी ते विश्वास ज्यादा है इस टाइम, मतलब अपने जिहड़े कैप्टन होनी है ते अपने चन्नी होनी है, ਇਹ ਮਤਲਬ ਕੋਈ ਯਕੀਨ ਨਹੀਂ ਹੈਗਾ ਇਹਨਾਂ ਦੇ, ਸਾਰੇ ਆਮ ਆਦਮੀ ਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਹਾਂ ਇਸ ਸਾਲ। ਤੁਸੀਂ ਕੀ ਸੋਚਦੇ ਹੋ ਜੀ? ਬਿਲਕੁਲ ਜੀ, ਆਮ ਆਦਮੀ ਮੌਕਾ ਦੇਣਾ ਚਾਹੀਦਾ, ਦਿੱਲੀ ਚ ਡਿਵੈਲਪਮੈਂਟ ਹੋਈ ਆ ਤੇ ਇੱਥੇ 70-75 ਸਾਲ ਤੋਂ ਵੀ ਨਾ ਅਕਾਲੀ ਕਾਂਗਰਸ ਦੇਖਦੇ ਨੇ ਹੋ ਗਏ ਨੇ, ਲੇਕਿਨ ਸਾਨੂੰ ਤਾਂ ਅਜੇ ਤਾਂ ਕੁਛ ਦਿਸਿਆ ਨਹੀਂ। ਪਰ ਆਮ ਆਦਮੀ ਤੇ ਇਹ ਗੱਲ ਆਉਂਦੀ ਹੈਗੀ ਕਿ ਉਹ ਵਾਅਦੇ ਜ਼ਿਆਦਾ ਕਰਦਾ ਹੈਗਾ ਤੇ ਕੰਮ ਘੱਟ ਕਰਦਾ, ਤੇ ਉਸ ਤੋਂ ਬਾਅਦ ਉਹਨੇ ਕੋਈ ਲੋਕਲ ਅਜੇ ਤੱਕ ਲੀਡਰ ਵੀ ਨਹੀਂ ਐਲਾਨਿਆ। ਨਹੀਂ ਚਲੋ ਠੀਕ ਆ, ਪਹਿਲਾਂ ਵੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਵਾਅਦੇ ਕੀਤੇ ਨੇ, ਲੇਕਿਨ ਉਹ ਵਾਅਦੇ ਪੂਰੇ ਨਹੀਂ ਕਰ ਸਕੇ ਹਜੇ ਤੱਕ। ਜਿਹਨੇ ਜੋ ਕਰਦੇ ਹੁੰਦੇ ਇਹ ਕੋਈ ਮੌਕਾ ਦੇਣਾ ਚਾਹੀਦਾ ਇੱਕ ਵਾਰੀ ਨੂੰ, ਦੇਖਦੇ ਹਾਂ ਬਾਅਦ ਚ। ਤੁਸੀਂ ਕੀ ਕਹਿੰਦੇ ਹੋ ਜੀ? ਇੱਕ ਵਾਰੀ ਇਹਨੂੰ ਮੌਕਾ ਮਿਲਣਾ ਚਾਹੀਦਾ ਕੇਜਰੀਵਾਲ ਸਰਕਾਰ ਨੂੰ, ਬਈ ਜੋ ਬਾਕੀ ਸਰਕਾਰਾਂ ਦੇਖ ਲਈ, ਕਾਂਗਰਸ ਦੇਖ ਲਿਆ, ਅਕਾਲੀ ਦੇਖ ਲਿਆ, ਅਸੀਂ ਹੁਣ ਇੱਕ ਵਾਰ 5 ਸਾਲ ਇਹਨੂੰ ਜਰ ਕੇ ਦੇਖ ਲੈਂਦੇ ਅਸੀਂ। ਇਹ ਗੱਲ ਅਸੀਂ ਪਿਛਲੀ ਵਾਰ ਵੀ ਆਇਆ ਸੀ, ਮੈਂ ਸੁਣਿਆ ਸੀ, ਪਰ ਉਹ ਆ ਕੇ ਨਿਬੜ ਗਿਆ 20 ਸੀਟਾਂ ਦੇ ਉੱਤੇ, ਕਾਰਨ ਕੀ ਸੀ? ਕਾਰਨ ਤਾਂ ਕੋਈ ਗੱਲ ਨਹੀਂ, ਸਾਡੇ ਪਿੰਡ 'ਚ ਜ਼ਿਆਦਾ ਮੈਜੋਰਟੀ ਕਾਂਗਰਸ ਦੀ ਆ, ਪਰ ਫਿਰ ਵੀ ਸਾਡੇ ਪਿੰਡ ਤੋਂ ਪਿਛਲੀ ਵਾਰ ਆਮ ਆਦਮੀ ਨੂੰ ਵੋਟ ਸਭ ਤੋਂ ਵੱਧ ਪਈ ਸੀ, ਪਰ ਐਤਕੀ ਫਿਰ ਉਹਦਾ ਪੂਰਾ ਸਾਥ ਦੇਵਾਂਗੇ ਅਸੀਂ ਆਮ ਆਦਮੀ ਪਾਰਟੀ ਦਾ। ਕਾਰਨ? ਕਾਰਨ ਅਸੀਂ ਨਵੀਂ ਸਰਕਾਰ ਦੇਖਣਾ ਚਾਹੁੰਦੇ ਹਾਂ, ਕਰਕੇ ਅਸੀਂ ਅਕਾਲੀ ਤੇ ਕਾਂਗਰਸ ਸਭ ਕੋਲ ਦੇਖ ਲਿਆ, ਸਾਨੂੰ ਕੋਈ ਡਿਵੈਲਪਮੈਂਟ ਹੁੰਦੀ ਦਿਸੀ ਨਹੀਂ, ਤਾਂ ਇਸ ਵਾਰੀ ਅਸੀਂ ਆਮ ਆਦਮੀ ਨੂੰ ਦੇਖਾਂਗੇ। ਤੇ NRI ਨਾਲ ਤੁਹਾਡਾ ਸੰਪਰਕ ਹੁੰਦਾ, ਤੁਹਾਡੇ ਰਿਸ਼ਤੇਦਾਰ ਵੀ ਹੋਣੇ ਨੇ ਬਾਹਰ, ਉਹ ਕੀ ਕਹਿੰਦੇ ਨੇ? ਉਹਨੇ ਤਾਂ ਕੀ ਕਹਿਣਾ ਜੀ, ਸਾਡੇ ਹਰ ਤੇ ਨਿਰਭਰ ਕਰਦਾ ਸੀ ਕੀ ਚਾਹੁੰਦੇ ਆ ਕੀ ਕਰਦੇ ਆ ਨਾ, ਉਹਨੇ ਤਾਂ ਵੇਖਣਾ ਵੀ ਤੁਸੀਂ ਬੰਦਾ ਚੱਜ ਦਾ ਚੁਣੋ ਕੋਈ ਜਿਹੜਾ ਤੁਹਾਡੀ ਹੈਲਪ ਕਰ ਸਕੇ ਕੋਈ। ਤੁਸੀਂ ਦੱਸੋ ਜੀ, ਉਹ NRI ਕੀ ਕਹਿੰਦੇ ਨੇ? NRI ਨੇ ਪਿਛਲੇ ਸਾਲ ਤਾਂ ਬਹੁਤ ਹੈਲਪ ਕੀਤੀ ਹੈ ਇਹਨਾਂ ਦੀ, ਆਮ ਆਦਮੀ ਪਾਰਟੀ ਦੀ, ਬਹੁਤ ਫੰਡ ਭੇਜਿਆ, ਉਹ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਇੱਕ ਵਾਰੀ। ਮਤਲਬ ਕਹਿਣ ਦਾ ਭਾਅ ਹੈਗਾ ਕਿ ਤੁਸੀਂ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਨਾਲ? ਹਾਂਜੀ, ਉਹਨਾਂ ਦੇ ਕਰਨਾ ਚਾਹੁੰਦੇ, ਬਾਕੀ ਤਾਂ ਹੁਣ ਕੋਈ ਰਹਿ ਨਹੀਂ ਗਿਆ, ਬਾਕੀ ਸਾਰੇ ਦੇਖ ਲਏ ਆ, ਹੁਣ ਇੱਕ ਉਹੀ ਸਰਕਾਰ ਰਹਿੰਦੀ ਆ, ਉੱਤੇ ਆਸ ਆ, ਉਸ ਤੋਂ ਬਾਅਦ ਤਾਂ ਫਿਰ ਕੈਨੇਡਾ ਹੀ ਆ, ਫਿਰ ਤਾਂ ਇੱਥੇ ਕੁਛ ਨਹੀਂ ਹੈਗਾ ਜੀ। ਚਲੋ, ਇਹਨਾਂ ਨੇ ਮੁਕਦੀ ਗੱਲ ਕੀਤੀ ਕਿ ਇੱਕ ਹੁਣ ਆਮ ਆਦਮੀ ਪਾਰਟੀ ਹੀ ਜਿਹੜੀ ਇਹਨਾਂ ਵਾਸਤੇ ਹੈਗੀ ਹੈ, ਪਿੰਡ ਦੇ NRI ਪਿੰਡ ਦੇ ਵਾਸਤੇ ਇੱਕ ਆਸ ਰਹਿ ਗਈ ਹੈਗੀ ਹੈ। ਬਹਿਰਾਲ ਇਹ ਵੋਟਰ ਦੀ ਆਪਣੀ ਚੋਇਸ ਹੈ, ਜਿਹਨੂੰ ਉਹ ਚੁਣਨਾ ਚਾਹੇ ਉਸਦਾ ਹੱਕ ਹੈਗਾ। ਤੇ ਫਿਰ ਇਹਨਾਂ ਨੇ ਇੱਕ ਗੱਲ ਜਿੱਥੇ ਮੁਕਾਈ ਹੈ ਕਿ ਬਈ ਅਗਰ ਕੋਈ ਐਕਸਪੈਰੀਮੈਂਟ ਹੁੰਦਾ ਔਰ ਸਕਸੈਸਫੁਲ ਹੁੰਦਾ ਤੇ ਠੀਕ ਹੈ, ਨਹੀਂ ਤੇ ਫਿਰ ਕੈਨੇਡਾ ਹੀ ਆ। ਚਲੋ, ਆਪਾਂ ਸਾਥ ਜਾਰੀ ਰੱਖਾਂਗੇ, ਤੁਹਾਡੇ ਨਾਲ ਵੀ ਰੂਬਰੂ ਹੁੰਦੇ ਰਹਾਂਗੇ ਇਸ ਯਾਤਰਾ ਦੇ ਵਿੱਚ, ਪੰਜਾਬ ਦੀ ਯਾਤਰਾ ਵਿੱਚ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।